ਇੱਕ ਕੰਡੇ ਦੇ ਮਾਲਕ ਦੇ ਉੱਤੇ ਤਿੰਨ ਲੁਟੇਰਿਆਂ ਦੇ ਵੱਲੋਂ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨੋਂ ਲੁਟੇਰੇ ਆਏ ਸੀ ਤੇ ਆਉਂਦੇ ਸਾਰ ਹੀ ਲਾਠੀ ਡੰਡਿਆਂ ਦੇ ਨਾਲ ਜੋ ਮਾਲਕ ਸੀ ਕੰਡੇ ਦਾ ਉਸਦੇ ਉੱਤੇ ਹਮਲਾ ਕਰ ਦਿੱਤਾ ਤੇ 10,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋਏ ਨੇ। ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਲੁਟੇਰੇ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਜੋ ਕੰਡੇ ਦਾ ਮਾਲਕ ਹੈ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਹਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਕੰਡੇ ਦੇ ਜੋ ਮਾਲਕ ਹੈ ਉਸਦੀ ਲੱਤ ਟੁੱਟ ਗਈ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਨੀ ਦਿਨੀ ਲੁਟੇਰਿਆਂ ਦੇ ਵਿੱਚ ਪੁਲਿਸ ਦਾ ਕੋਈ ਵੀ ਖੌਫ ਨਜ਼ਰ ਨਹੀਂ ਆ ਰਿਹਾ। ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੰਡੇ ਦੇ ਮਾਲਕ 'ਤੇ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਜਦੋਂ ਕੰਡੇ 'ਤੇ ਬੈਠਾ ਸੀ ਤਾਂ ਅਚਾਨਕ ਹੀ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨ ਨਕਾਬ ਪੋਸ਼ ਲੁਟੇਰੇ ਆਉਂਦੇ ਨੇ ਅਤੇ ਪੈਸਿਆਂ ਦੀ ਉਸਦੇ ਕੋਲੋਂ ਪਹਿਲਾਂ ਮੰਗ ਕੀਤੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਕਿ ਜਦੋਂ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਨੇ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਹਮਲਾ ਕਰਨ ਦੀ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਲਾਠੀ ਡੰਡਿਆਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਕੰਡੇ ਦਾ ਮਾਲਕ ਸੀ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕੱਲ 3 ਵਜੇ ਬੇਟਾ ਬੈਠਾ ਸੀ ਇੱਥੇ, ਉਹ 3 ਜਣੇ ਆਏ ਮੋਟਰਸਾਈਕਲ ਤੇ ਆ ਕੇ ਕੁੱਟਮਾਰ ਕਰ ਗਏ ਉਹਦੀ, ਨਾਲੇ ਪੈਸੇ ਖੋਹ ਕੇ ਲੈ ਗਏ। ਲੱਤ 'ਚ ਫ੍ਰੈਕਚਰ ਹੈ ਉਹਦੇ, ਬਠਿੰਡੇ ਐਡਮਿਟ ਹੈਗਾ MG 'ਚ। ਕੀ ਤੁਸੀਂ ਜਿਹੜੀ ਪੁਲਿਸ ਤੋਂ ਮੰਗ ਕਰਦੇ ਹੋ? ਬਸ ਉਹਦੀ ਤਾਂ ਮੰਗ ਇਹੀ ਕਰਦੇ ਆ ਵੀ ਗੁੰਡਾਗਰਦੀ ਬੰਦ ਹੋਵੇ, ਦੋਸ਼ੀਆਂ ਨੂੰ ਸਜ਼ਾ ਮਿਲੇ। ਮੂੰਹ ਸਿਰ ਬੰਨੇ ਸੀ ਜੀ, ਮੋਟਰਸਾਈਕਲ ਤੇ ਆਏ ਆ 3 ਜਣੇ ਆ ਕੇ 60 ਫੀਟ ਮਾਰ ਗਏ। ਜਿਹੜਾ ਪੰਜਾਬ ਸਰਕਾਰ ਦਾ ਦਾਅਵਾ ਵੀ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਹੈ ਕਿ ਨਹੀਂ? ਠੀਕ ਹੈ ਨਹੀਂ ਜੀ, ਠੀਕ ਹੁੰਦੀ ਤਾਂ ਫਿਰ ਇਹ ਕੰਮ ਕਿਉਂ ਹੁੰਦਾ? ਹਾਂਜੀ। ਇੱਕ ਕੰਡੇ ਦੇ ਮਾਲਕ ਦੇ ਉੱਤੇ ਤਿੰਨ ਲੁਟੇਰਿਆਂ ਦੇ ਵੱਲੋਂ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨੋਂ ਲੁਟੇਰੇ ਆਏ ਸੀ ਤੇ ਆਉਂਦੇ ਸਾਰ ਹੀ ਲਾਠੀ ਡੰਡਿਆਂ ਦੇ ਨਾਲ ਜੋ ਮਾਲਕ ਸੀ ਕੰਡੇ ਦਾ ਉਸਦੇ ਉੱਤੇ ਹਮਲਾ ਕਰ ਦਿੱਤਾ ਤੇ 10,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋਏ ਨੇ। ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਲੁਟੇਰੇ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਜੋ ਕੰਡੇ ਦਾ ਮਾਲਕ ਹੈ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਹਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਕੰਡੇ ਦੇ ਜੋ ਮਾਲਕ ਹੈ ਉਸਦੀ ਲੱਤ ਟੁੱਟ ਗਈ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਨੀ ਦਿਨੀ ਲੁਟੇਰਿਆਂ ਦੇ ਵਿੱਚ ਪੁਲਿਸ ਦਾ ਕੋਈ ਵੀ ਖੌਫ ਨਜ਼ਰ ਨਹੀਂ ਆ ਰਿਹਾ। ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੰਡੇ ਦੇ ਮਾਲਕ 'ਤੇ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਜਦੋਂ ਕੰਡੇ 'ਤੇ ਬੈਠਾ ਸੀ ਤਾਂ ਅਚਾਨਕ ਹੀ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨ ਨਕਾਬ ਪੋਸ਼ ਲੁਟੇਰੇ ਆਉਂਦੇ ਨੇ ਅਤੇ ਪੈਸਿਆਂ ਦੀ ਉਸਦੇ ਕੋਲੋਂ ਪਹਿਲਾਂ ਮੰਗ ਕੀਤੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਕਿ ਜਦੋਂ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਨੇ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਹਮਲਾ ਕਰਨ ਦੀ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਲਾਠੀ ਡੰਡਿਆਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਕੰਡੇ ਦਾ ਮਾਲਕ ਸੀ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕੱਲ 3 ਵਜੇ ਬੇਟਾ ਬੈਠਾ ਸੀ ਇੱਥੇ, ਉਹ 3 ਜਣੇ ਆਏ ਮੋਟਰਸਾਈਕਲ ਤੇ ਆ ਕੇ ਕੁੱਟਮਾਰ ਕਰ ਗਏ ਉਹਦੀ,
ਨਾਲੇ ਪੈਸੇ ਖੋ ਕੇ ਲੈ ਗਏ, ਲੱਤ ਚ ਫ੍ਰੈਕਚਰ ਹੈ ਉਹਦੇ, ਬਿੰਡੇ ਐਡਮਿਟ ਹੈਗਾ ਐਮ ਜੀ ਚ। ਕੀ ਤੁਸੀਂ ਜਿਹੜੀ ਪੁਲਿਸ ਤੋਂ ਮੰਗ ਕਰਦੇ ਹੋ? ਬਸ ਉਹਦੀ ਤਾਂ ਮੰਗ ਇਹੀ ਕਰਦੇ ਵੀ ਗੁੰਡਾਗਰਦੀ ਬੰਦ ਹੋਵੇ, ਦੋਸ਼ੀਆਂ ਨੂੰ ਸਜ਼ਾ ਮਿਲੇ। ਮੂੰਹ ਸਿਰ ਬੰਨੇ ਸੀ ਜੀ, ਮੋਟਰਸਾਈਕਲ ਤੇ ਆਏ ਆ ਤਿੰਨ ਜਣੇ, ਆ ਕੇ 60 ਫੀਟ ਮਾਰ ਗਏ। ਜਿਹੜਾ ਪੰਜਾਬ ਸਰਕਾਰ ਦਾ ਦਾਅਵਾ ਵੀ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਹੈ, ਹਾਂ ਹਾਂ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਹੈ ਕਿ ਨਹੀਂ? ਠੀਕ ਠੀਕ ਹੈ ਨੀ ਜੀ, ਠੀਕ ਹੁੰਦੀ ਤਾਂ ਫਿਰ ਇਹ ਕੰਮ ਕਿਉਂ ਹੁੰਦਾ? ਹਾਂਜੀ।